ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਤੁਹਾਨੂੰ ਬਹੁਤ ਵਧੀਆ ਰਿਕਾਰਡ ਵਾਲੀਆਂ ਅਤੇ ਬਹੁਤ ਜਾਇਜ਼ ਰੇਟ 'ਤੇ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ। ਆਹ ਦੇਖ ਸਕਦੇ ਬਹੁਤ ਤਗੜੇ ਹਵਾਨੇ ਵਾਲੀ ਤੁਹਾਨੂੰ ਇੱਕ ਗਾਂ ਐਚ ਐਫ ਦਾ ਨਗੀਨਾ ਤੁਹਾਨੂੰ ਦਿਖਾਉਣਾ ਹੈ ਅਤੇ ਰੇਟ ਵੀ ਵੀਰ ਜੀ ਹੋਣਾ ਦਾ ਬਹੁਤ ਜਾਇਜ਼ ਆ। ਵੀਡੀਓ ਵਿੱਚ ਤੁਹਾਨੂੰ ਇਕੱਲਾ ਇਕੱਲਾ ਪੁੱਛ ਖੋਲ੍ਹ ਕੇ ਦਿਖਾਵਾਂਗੇ, ਨਾਲ ਇਹਨਾਂ ਦੇ ਮਿਲਕ ਰਿਕਾਰਡ 'ਤੇ ਇਹਨਾਂ ਦੇ ਪ੍ਰਾਈਸ ਤੁਹਾਨੂੰ ਦੱਸਾਂਗੇ। ਆਹ ਦੇਖ ਸਕਦੇ ਥਣਾਂ ਦੀ ਕੁਆਲਿਟੀ, ਹਵਾਨੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ, ਬਹੁਤ ਤਗੜਾ ਹਵਾਨਾ ਤਿਆਰ ਕਰੂਗੀ। ਆਹ ਦੇਖ ਸਕਦੇ ਇੱਕ ਤੁਹਾਨੂੰ ਐਚ ਐਫ ਦਾ ਨਗੀਨਾ ਦਿਖਾਉਣਾ ਹੈ, ਡੈਨਮਾਰਕ ਦੀ ਗਾਂ, ਅਤੇ ਇੱਕ ਤੁਹਾਨੂੰ ਤਾਜ਼ੀ ਸੂਈ ਹੋਈ ਐਚ ਐਫ ਕ੍ਰੋਸ ਤੁਹਾਨੂੰ ਦਿਖਾਉਣੀ ਆ, ਇਹ ਵੀ ਵਧੀਆ ਮਿਲਕ ਰਿਕਾਰਡ ਵਾਲੀ। ਆਹ ਦੇਖ ਸਕਦੇ ਵੀਡੀਓ ਵਿੱਚ ਤੁਹਾਨੂੰ ਇਕੱਲਾ ਇਕੱਲਾ ਪਸ਼ੂ ਖੋਲ੍ਹ ਕੇ ਤੋਰ ਕੇ ਅਤੇ ਨਾਲ ਇਹਨਾਂ ਦੇ ਡਿਟੇਲ ਦੱਸਾਂਗੇ। ਤਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜਿਹੜੇ ਵੀਰ ਇਸ ਚੈਨਲ 'ਤੇ ਪਹਿਲੀ ਵਾਰੀ ਆਏ ਆ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਪੁੱਛ ਰਹੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਜੀ? ਬਹੁਤ ਬਹੁਤ ਵਧੀਆ ਹਰਪ੍ਰੀਤ ਜੀ, ਤੁਸੀਂ ਸੁਣਾਓ? ਠੀਕ ਠਾਕ ਜੀ। ਅਤੇ ਵੀਰ ਜੀ ਆਪਣਾ ਇੱਕ ਵਾਰੀ ਨਾਮ ਬੋਲ ਦਿਓ ਜੀ। ਵੀਰ ਜੀ ਮੇਰਾ ਨਾਮ ਮਨਪ੍ਰੀਤ ਸਿੰਘ, ਪਿੰਡ ਭਗਵਾਂ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ, ਅਤੇ ਅੱਜ ਆਪਾਂ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਪਹਿਲਾਂ। 9926 29534। ਠੀਕ ਹੈ, ਅੱਜ ਆਪਾਂ ਪਹਿਲੀ ਵਾਰੀ ਤੁਹਾਡੇ ਕੋਲ ਵੀਡੀਓ ਬਣਾ ਰਹੇ ਹਾਂ। ਹਾਂਜੀ, ਅਤੇ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਵਪਾਰ ਦਾ ਕੰਮ ਹੈ ਤੁਹਾਡਾ? ਹਾਂਜੀ ਵਪਾਰ ਦਾ ਕੰਮ ਹੈ ਜੀ। ਠੀਕ ਹੈ ਜੀ, ਕਿਸ ਤਰ੍ਹਾਂ ਦੇ ਪਸ਼ੂਆਂ ਦਾ ਵਪਾਰ ਕਰਦੇ ਤੁਸੀਂ? ਬਹੁਤ ਵਧੀਆ, ਜਿਹੜੇ ਸਾਫ਼ ਸੁਥਰੇ ਪਸ਼ੂ ਆ। ਠੀਕ ਹੈ, ਉਹਨਾਂ ਦਾ ਵਪਾਰ ਕਰੀਦਾ ਜੀ। ਗਾਵਾਂ ਦਾ, ਮੱਝਾਂ ਦੋਵਾਂ ਦਾ ਵਪਾਰ ਕਰੀਦਾ? ਗਾਵਾਂ ਦਾ ਤੇ ਮੱਝਾਂ ਦਾ ਦੋਵਾਂ ਦਾ ਜੀ। ਠੀਕ ਹੈ, ਤੇ ਅੱਜ ਆਪਾਂ ਕਿੰਨੇ ਪਸ਼ੂ ਦਿਖਾਉਣੇ ਫਿਰ? ਅੱਜ ਜੀ ਦੋ ਗਾਵਾਂ ਵਿਖਾ ਰਹੇ ਆ। ਦੋ ਗਾਵਾਂ? ਹਾਂਜੀ। ਕਿਸ ਤਰ੍ਹਾਂ ਦੀਆਂ ਗਾਵਾਂ ਦੋਵੇਂ? ਬਹੁਤ ਵਧੀਆ ਗਾਵਾਂ ਜੀ। ਠੀਕ ਹੈ, ਇੱਕ ਗਾਂ ਸੱਜਰ ਸੂਈ ਆ। ਹਾਂਜੀ। ਦੂਜੀ ਇੱਕ ਦੋ ਦਿਨ 'ਚ ਤਿਆਰ ਆ ਜੀ। ਠੀਕ ਹੈ, ਹਾਂਜੀ, ਚਲੋ ਆਓ ਫਿਰ ਸ਼ੁਰੂ ਕਰਦੇ ਹਾਂ। ਹਾਂਜੀ, ਅਤੇ ਵੀਰ ਜੀ ਆਪਾਂ ਫਿਰ ਸਭ ਤੋਂ ਪਹਿਲਾਂ ਸੂਈ ਗਾਂ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਸੂਈ ਗਾਂ ਤੋਂ। ਅਤੇ ਕਿੰਨੇਵੇਂ ਸੂਏ ਸੂਈ ਆ ਜੀ? ਇਹ ਜੀ ਪਹਿਲੇ ਸੂਏ ਸੂਈ ਜੀ। ਪਹਿਲੇ ਸੂਏ ਸੂਈ ਆ? ਹਾਂਜੀ। ਅਤੇ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ ਅੱਜ 4 ਤੋਂ 5 ਦਿਨ ਹੋ ਗਏ। 4 ਤੋਂ 5 ਦਿਨ ਹੋ ਗਏ। ਅਤੇ ਮਗਰ ਬੱਚਾ ਕੀ ਆ ਗਿਆ ਜੀ? ਮਗਰ ਇਹਦੇ ਵੱਛਾ ਜੀ। ਵੱਛਾ ਆ ਗਿਆ। ਹਾਂਜੀ, ਅਤੇ ਇਸ ਟਾਈਮ ਕਿੰਨਾ ਦੁੱਧ ਤਿਆਰ ਹੈ ਪੂਰਾ ਕੰਡੇ ਤੋਲਵਾ? 20 ਲੀਟਰ ਤਿਆਰ ਹੈ ਜੀ ਦੁੱਧ ਕੰਡੇ ਤੇ ਤੋਲਵਾ। ਠੀਕ ਹੈ, ਕੋਈ ਆਪਣਾ 2 ਟਾਈਮ 3 ਟਾਈਮ ਤਸੱਲੀ ਕਰ ਸਕਦਾ ਜੀ? 10 ਟਾਈਮ ਚੋਗੇ ਕੋਈ ਤਸੱਲੀ ਕਰ ਸਕਦਾ ਜੀ। ਠੀਕ ਹੈ, ਹਾਂਜੀ, ਅਤੇ ਕੀ ਉਮੀਦ ਕਰੋਗੇ ਕਿ ਪਹਿਲੇ ਸੂਏ ਕਿੰਨਾ ਕੁ ਚੱਲ ਜੂਗੀ? ਇਹ ਵੀਰ ਜੀ 25 ਲੀਟਰ ਤੱਕ ਜਾਣ ਦੀ ਇਹਦੀ ਉਮੀਦ ਹੈਗੀ। ਪਹਿਲੇ ਸੂਏ 25 ਲੀਟਰ ਤੱਕ? 25 ਲੀਟਰ ਜਾਣ ਦੀ ਉਮੀਦ ਹੈ। 20 ਲੀਟਰ ਹੁਣ ਤਿਆਰ ਹੈ ਜੀ, ਬਿਲਕੁਲ। ਠੀਕ ਹੈ, ਹਾਂਜੀ, ਅਤੇ ਆਪਾਂ ਇੱਕ ਵਾਰੀ ਖੋਲ੍ਹ ਕੇ ਦਿਖਾ ਦਈਏ ਅਤੇ ਫਿਰ ਆਪਾਂ ਇਹਦਾ ਮੁੱਲ ਦੱਸਦੇ ਹਾਂ। ਠੀਕ ਹੈ ਜੀ। ਠੀਕ ਹੈ ਵੀਰ ਜੀ, ਇੱਕ ਵਾਰੀ ਖੋਲ੍ਹ ਦਿਓ ਜੀ। ਹਾਂ ਦੇਖ ਸਕਦੇ ਦੋਸਤੋ, ਥਣ ਹਵਾਨੇ ਦੀ ਤੁਸੀਂ ਕੁਆਲਿਟੀ ਦੇਖ ਸਕਦੇ ਜੇ, ਥੋੜ੍ਹੀ ਨਵਾਈ ਨਾ ਹੋਣ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਮਤਲਬ ਉੱਧਰ ਨੂੰ ਤੋਰਿਓ ਵੀਰ ਜੀ। ਹਵਾਨੇ ਦੀ ਕੁਆਲਿਟੀ ਤੁਹਾਨੂੰ ਦਿਖਾ ਦਈਏ, ਤੋਰ ਦਿਓ ਵੀਰ ਜੀ। ਥੋੜ੍ਹਾ ਨਵਾਈ ਨਹੀਂ ਗਈ, ਠੰਡ ਦਾ ਮੌਸਮ ਹੋਣ ਕਰਕੇ ਤਾਜ਼ੀ ਸੂਈ ਆ ਹਲੇ, ਤਾਂ ਵੀਰ ਜੀ ਉਹਨਾਂ ਨਵਾਈ ਨਹੀਂ ਹੈ। ਆਹ ਮਗਰ ਬੱਚਾ ਆ ਗਿਆ ਜੀ। ਠੀਕ ਹੈ, ਲੰਘ ਜਾ ਵੀਰ ਜੀ। ਹਾਂ ਦੇਖ ਸਕਦੇ ਬਿਲਕੁਲ ਟੈਟ ਕੰਪੈਕਟ ਅਡਰ ਦੀ ਪਹਿਲੇ ਸੂਏ ਵੀਰ ਜੀ ਹੋਣੀ ਦੱਸ ਦਿਓ ਕਿ ਸੂਈ ਹੈ। ਹਵਾਨਾ ਬਹੁਤ ਸੋਹਣਾ ਤਿਆਰ ਕੀਤਾ। ਹਾਂ ਦੇਖ ਸਕਦੇ, ਕੋਈ ਵੀਰ ਆਪਣਾ 2 ਟਾਈਮ 3 ਟਾਈਮ ਤਸੱਲੀ ਕਰਕੇ ਲਿਜਾ ਸਕਦਾ ਜੀ। ਹਾਂ ਦੇਖ ਸਕਦੇ ਬਹੁਤ ਤਗੜੇ ਹਵਾਨੇ ਵਾਲੀ ਤੁਹਾਨੂੰ ਦਿਖਾ ਰਹੇ ਹਾਂ ਵੀਰ ਜੀ। ਉਹਨਾਂ ਦੇ ਪਸ਼ੂ ਵੀ ਚੰਗੇ ਆ ਅਤੇ ਉਮੀਦ ਕਰਾਂਗੇ ਕਿ ਰੇਟ ਵੀ ਵਧੀਆ ਕਰਨਗੇ। ਦੇਖ ਸਕਦੇ ਇੱਕ ਵਾਰੀ ਫੇਸ ਕੁਆਲਿਟੀ, ਐਚ ਐਫ ਕੁਆਲਿਟੀ, ਐਚ ਐਫ ਕ੍ਰੋਸ, ਪਹਿਲੀ ਸੂਏ ਵੈਡ। ਹਾਂਜੀ ਵੀਰ ਜੀ, ਚਵਾ ਚਵੂ ਠੀਕ ਹੈ ਫਿਰ ਪੂਰਾ? ਬਹੁਤ ਬਹੁਤ ਵਧੀਆ ਚਵਾ ਜੀ, ਤਾਰਾਂ ਧੂਰਾਂ ਪੂਰੀਆਂ ਸਾਰੇ ਥਣਾਂ 'ਚ? ਪੂਰੀਆਂ ਸਾਰੇ ਥਣਾਂ 'ਚ ਬਰਾਬਰ ਆ ਜੀ। ਠੀਕ ਆ, ਅਤੇ ਫਿਰ ਕਿੰਨਾ ਕੁ ਇਹਦਾ ਰੇਟ ਕਰਦੇ ਲੱਗੇ ਜੀ? ਵੀਰ ਜੀ ਇਹਦਾ ਰੇਟ ਬਿਲਕੁਲ ਜਾਇਜ਼ ਆ, ਦੇਣ ਲੈਣ ਵਾਲੀ ਗੱਲ ਜਿਹੜੀ। ਠੀਕ ਹੈ, 50,000 ਰੁਪਇਆ ਦਾ ਰੇਟ ਕਰਦੇ। 50,000? ਹਾਂਜੀ, 20 ਲੀਟਰ ਦੁੱਧ ਤਿਆਰ ਆ ਜੀ, ਚੋਗੇ ਤਸੱਲੀ ਕਰਕੇ ਲਓ। ਅਤੇ ਮੌਕੇ 'ਤੇ ਮਾਨਦਾਨ ਹੋ ਜੂਗਾ ਜੀ? ਉਹ ਕੋਈ ਵੀਰ ਭਰਾ ਦਾ ਮਾਨਦਾਨ ਜ਼ਰੂਰ ਕਰਾਂਗੇ ਜੀ। ਠੀਕ ਹੈ ਜੀ, ਹਾਂਜੀ, 20 ਲੀਟਰ ਮਿਲਕ ਰੈਡੀ ਅਤੇ 50,000 ਇਹਦਾ ਪ੍ਰਾਈਜ਼ ਕੀਤਾ ਤੁਸੀਂ? ਹਾਂਜੀ ਹਾਂਜੀ। ਠੀਕ ਹੈ, ਆਹ ਹੁਣ ਦੂਸਰੇ ਨੰਬਰ ਵਾਲੀ
ਜਿਹੜਾ ਆਪਾਂ ਨਗੀਨਾ ਐਂਡ ਤੇ ਦਿਖਾਉਣਾ ਸੀ ਉਹ ਵੀ ਦਿਖਾ ਦਈਏ ਫਿਰ, ਉਹ ਵੀ ਦਿਖਾ ਦਿਓ ਜੀ। ਠੀਕ ਹੈ, ਉਹਦੇ ਵੀ ਥੋੜੀ ਬਾਤੀ ਡਿਟੇਲ ਦੱਸ ਦਿਓ ਪਹਿਲਾਂ। ਉਹ ਜੀ ਯਾਰ ਕਿ ਦੂਸਰੇ ਸੂਏ ਵੈੜ ਸੋਹਣੀ ਆ, ਦੂਸਰੇ ਸੂਏ ਸੋਹਣਾ। ਹਾਂਜੀ, ਦੂਸਰੇ ਸੂਏ ਸੋਹਣਾ। 25 ਲੀਟਰ ਉਹਦਾ ਰਿਕਾਰਡ ਪਹਿਲੇ ਸੂਏ ਰਿਹਾ। ਠੀਕ ਹੈ, ਕਿ ਉਮੀਦ ਕਰਦੇ 30 ਤੋਂ 32 ਲੀਟਰ ਤੱਕ ਜਾਊਗੀ ਜੀ। 30 ਤੋਂ 32 ਲੀਟਰ ਤੱਕ ਜਾਊਗੀ। ਹਾਂਜੀ ਠੀਕ ਹੈ, ਅਤੇ ਕਿੰਨੇ ਕੁ ਦਿਨ ਲੈ ਜਾਊਗੀ ਹਲੇ? ਬਿਲਕੁਲ ਤਿਆਰ ਹੀ ਹੈ ਜੀ, ਕੱਲ੍ਹ ਜਾਂ ਪਰਸੋਂ ਸੋਪੂਗੀ ਉਹ। ਠੀਕ ਹੈ, ਹਾਂਜੀ ਠੀਕ। ਚਲੋ ਆਪਾਂ ਫਿਰ ਇੱਕ ਵਾਰੀ ਖੋਲ ਕੇ ਦਿਖਾ ਦਈਏ ਵੀ, ਫਿਰ ਉਹਦੀ ਡਿਟੇਲ ਦੱਸਦੇ ਹਾਂ ਸਾਰੀ। ਬਿਲਕੁਲ। ਦੋਸਤੋ, ਇਹੋ ਜਿਹੀਆਂ ਗਾਵਾਂ ਥੋੜ੍ਹੀਆਂ ਝੱਬੂ ਨਾਲ ਤੋਰਨੀਆਂ ਔਖੀਆਂ ਹੋ ਜਾਂਦੀਆਂ, ਫਿਰ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ। ਆਹ ਦੇਖ ਸਕਦੇ, ਬਹੁਤ ਤਕੜਾ ਹਵਾਨਾ ਮੱਛੀ ਨੇ ਤਿਆਰ ਕੀਤਾ ਦੂਸਰੇ ਸੂਏ। ਆ ਜਾਓ, ਲੈ ਆਓ ਜੀ। ਆਹ ਦੇਖ ਸਕਦੇ ਦੋਸਤੋ, ਇਹੋ ਜਿਹੀਆਂ ਗਾਵਾਂ ਝੱਬੂ ਨਾਲ ਤੋਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਹਵਾਨਾ, ਤੁਸੀਂ ਦੇਖ ਸਕਦੇ ਜੀ। ਇੱਕ ਵਾਰੀ ਥੋੜ੍ਹਾ ਸਿੱਧਾ ਵੀ ਲੈ ਜਾਓ ਵੀਰ ਜੀ, ਤੋਰ ਕੇ ਦਿਖਾਈਏ ਚੰਗੀ ਤਰ੍ਹਾਂ ਪੂਰੀ। ਆਹ ਦੇਖ ਸਕਦੇ, 30 ਤੋਂ 32 ਲੀਟਰ ਵੀਰ ਜੀ ਹੁਣੀ ਉਮੀਦ ਕਰਦੇ ਕਿ ਦੂਸਰੇ ਸੂਏ ਦੁੱਧ ਕੱਢੂਗੀ। ਦੰਦ ਵੀ ਦਿਖਾ ਦਿਓ ਜੀ, ਇਸ ਤਰ੍ਹਾਂ ਹੀ ਦੱਸ ਦਿਓ ਕਿਵੇਂ ਕਿੰਨੇ ਦੰਦ ਆ। ਛਿੱਗੀ ਆ, ਮੂੰਹ ਦੇ 6 ਦੰਦ ਆ, ਕੋਈ ਵੀਰ ਆਣ ਕੇ ਆਪਣਾ ਚੈੱਕ ਕਰ ਸਕਦਾ। ਦੋਸਤੋ, ਇਹਦਾ ਹਵਾਨਾ ਦੇਖਣ ਵਾਲਾ ਹੈ ਅਤੇ ਕੱਦ ਕਾਠ ਵੀ ਬਹੁਤ ਚੰਗਾ ਹੈ। ਐਡਾ ਵੱਡਾ ਹਵਾਨਾ ਕੋਈ ਮਾੜੀ ਮੋਟੀ ਗਾਂ 'ਤੇ ਝੱਲ ਵੀ ਨਹੀਂ ਸਕਦੀ ਜੀ। ਹਾਂ ਦੇਖ ਸਕਦੇ, ਥਣ ਬਹੁਤ ਸੋਹਣਾ ਦੂਰ ਦੂਰ ਵਿੱਥੀ 'ਤੇ ਥਣ ਲੱਗਾ ਹੈ। ਉਮੀਦ ਕਰਦੇ ਕਿ ਵੀਰ ਜੀ ਹੁਣੀ ਰੇਟ ਵੀ ਇਹਦਾ ਜਾਇਜ਼ ਹੀ ਕਰਨਗੇ। ਹਾਂ ਦੇਖ ਸਕਦੇ, ਬਹੁਤ ਸੋਹਣੀ ਕੁਆਲਿਟੀ ਦੀ HF ਡੈਨਮਾਰਕ ਬਰੀਡ ਦੀ ਤੁਹਾਨੂੰ ਗਾਂ ਇੱਕ ਦਿਖਾਈ ਆ। ਬਹੁਤ ਤਕੜਾ ਹਵਾਨਾ ਮੱਛੀ ਤਿਆਰ ਕਰਨ ਦੀ, ਅਜੇ ਹੋਰ ਹਵਾਨਾ ਭਰਨ ਦੀ ਉਮੀਦ ਆ। ਆ ਪੁੜਿਆਂ ਦੇ ਤੁਸੀਂ ਦੇਖ ਸਕਦੇ, ਅਜੇ ਕੋਈ ਇੰਨੇ ਪੁੜੇ ਇੰਨੇ ਖਿੱਚੇ ਨਹੀਂ ਆ, ਅਜੇ ਹੋਰ ਹਵਾਨਾ ਸੋਣ ਤੱਕ ਤਿਆਰ ਕਰੇਗੀ। ਹਾਂਜੀ ਵੀਰ ਜੀ, ਫਿਰ ਕੀ ਇਹਦਾ ਮੁੱਲ ਕਰਦੇ ਜੀ? ਇਹਦਾ ਵੀਰ ਜੀ ਮੁੱਲ ਬੜਾ ਨਿਕਾ ਜਿਹਾ ਵਾ, ਨਵਾਂ ਸਾਲ ਆ ਰਿਹਾ ਹੈ। ਠੀਕ ਹੈ, ਇਹ ਇੱਕ ਨਵੇਂ ਸਾਲ ਦਾ ਤੋਹਫਾ ਹੀ ਦੇਣਾ ਜੀ। ਠੀਕ ਆ, ਤੋਹਫੇ ਦੀ ਤੋਹਫੇ ਦੇ ਤੌਰ ਤੇ ਜੀ। ਠੀਕ ਹੈ, ਮੁੱਲ ਕਰਾਉਣ ਨੂੰ ਦੇਦਾ 80,000 85,000 ਵੀ ਹੁੰਦਾ ਆ। ਠੀਕ ਹੈ, ਪਰ ਆਪਾਂ 62,000 ਮੁੱਲ ਕਰਦੇ ਜੀ। 62,000 ਮੁੱਲ ਜੋ ਦੇਣ ਲੈਣ ਵਾਲੀ ਗੱਲ ਹੈ, ਤੇ ਉਹ ਚੋਂ ਮੌਕੇ ਤੇ ਮਾਨਤਾਨ ਵੀਰ ਭਰਾ ਦਾ ਮਾਨਤਾਨ ਜ਼ਰੂਰ ਹੋਊ ਜੇ ਕੋਈ ਆਪਣਾ ਭੈਣ ਭਰਾ ਹੋਊ ਤੇ। ਠੀਕ ਹੈ ਜੀ, ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ, ਠੀਕ ਹੈ ਦੋਸਤੋ, ਦੇਖ ਸਕਦੇ ਤੁਸੀਂ। ਦੋਸਤੋ, ਜਿੰਨਾ ਵੀਰਾਂ ਦੇ ਸ਼ੌਂਕ ਹੁੰਦਾ ਕਿ ਘਰੇ 30-32 ਲੀਟਰ ਵਾਲੀ ਗਾਂ ਬੱਜੀ ਹੋਵੇ, ਪਰ ਥੋੜ੍ਹੀ ਜਾਇਜ਼ ਰੇਟ 'ਚ ਮਿਲੇ, ਅਤੇ ਅੱਜ ਉਹਨਾਂ ਵੀਰਾਂ ਦੇ ਸ਼ੌਂਕ ਸੁਪਨੇ ਪੂਰੇ ਹੋਣ ਜਾ ਰਹੇ ਆ। ਆਹ ਦੇਖ ਸਕਦੇ ਤੁਸੀਂ, 62,000 ਵੀਰ ਜੀ ਉਹਨਾਂ ਨੇ ਇਹਦਾ ਮੁੱਲ ਕੀਤਾ। ਵੀਰ ਜੀ ਹੁਣੇ ਦੱਸਦੇ ਕਿ ਨਵੇਂ ਸਾਲ ਦਾ ਤੋਹਫਾ ਹੀ ਹੈ ਇੱਕ ਹਿਸਾਬ ਦਾ, ਇਹੋ ਜਿਹੇ ਰੇਟ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਜਿਹੜੇ ਅੱਜ ਤੁਹਾਨੂੰ ਆਪਾਂ ਦਿਖਾਏ ਆ। ਦੋਨਾਂ ਗਾਵਾਂ ਦੇ ਰੇਟ ਵੀਰ ਜੀ ਉਹਨਾਂ ਨੇ ਜਾਇਜ਼ ਹੀ ਕੀਤੇ ਆ, ਅਤੇ ਉਹ 'ਚੋਂ ਮੌਕੇ 'ਤੇ ਮਾਨ ਤਾਨ ਹੋ ਜੂਗਾ। ਕੋਈ ਵੀਰ ਆਵੇ ਆਪਣਾ ਚੱਕ ਪਾਸ ਕਰੇ, 2 ਟਾਈਮ 3 ਟਾਈਮ ਚੋਵੇ, ਅਤੇ ਫਿਰ ਆਪਣਾ ਪਸ਼ੂ ਖਰੀਦੇ ਜੀ। ਹਾਂਜੀ ਠੀਕ ਹੈ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।